ਔਰ ਜਦੋਂ ਸਾਡੇ ਲਈ ਸਭ ਤੋਂ ਪਹਿਲੇ ਤਾਂ ਸ਼ੋਕਿੰਗ ਨਿਊਜ਼ ਆ ਗਈ ਸੀ ਜਦੋਂ ਨਿਸ਼ਾ ਜੀ ਨੇ ਤੁਹਾਡੀ ਫੋਟੋ ਪਾਈ ਕਿ ਗੈਟ ਵੈਲ ਸੂਨ, ਸਾਰਿਆਂ ਨੇ ਸੋਚਿਆ ਪਤਾ ਨਹੀਂ ਕੀ ਹੋ ਗਿਆ, ਹੈ ਨਾ? ਫਿਰ ਮੁੜ ਕੇ ਇਹ ਸੈੱਟ ਦੀ ਸੀਗੀ ਨਾ ਫੋਟੋ, ਉਹ ਸ਼ੂਟ ਦੀਆਂ ਅਪਡੇਸ਼ਨਸ ਪਾਉਂਦੇ ਹੁੰਦੇ ਆ ਨਾ ਜਦੋਂ ਤੇ ਉਹਨਾਂ ਨੇ ਫੋਟੋ, ਹੁਣ ਜਿੱਦਾਂ ਅੱਜ ਦੀਆਂ ਵੀ ਕਈ ਆਰਟਿਸਟਾਂ ਨੇ ਪਾਈਆਂ ਹੋਣਗੀਆਂ, ਕਰਮਜੀਤ ਭਾਅ ਜੀ ਹੁਣੇ ਫੋਟੋ ਕਰ ਰਹੇ ਸੀ ਆਪਣੀ, ਹੈ ਨਾ, ਹੋਰ ਆਰਟਿਸਟ ਬੈਠੇ ਨੇ, ਸਾਰੇ ਅਪਡੇਸ਼ਨਸ ਪਾਉਂਦੇ ਰਹਿੰਦੇ ਨੇ, ਅਤੇ ਉਹ ਵੀ ਸੈੱਟ ਦੀ ਫੋਟੋ ਸੀ ਅਤੇ ਉਹਨਾਂ ਨੇ, ਮੈਨੂੰ ਲੱਗਦਾ ਸ਼ਾਇਦ ਉਹ ਜਿਹੜੀ ਥੱਲੇ ਇੱਕ ਲਾਈਨ ਲਿਖ ਦਿੱਤੀ ਗੈਟ ਵੈਲ ਜ਼ੋਨ ਮਿਲਾ, ਉਹ ਕਨਫਿਊਜ਼ਿੰਗ ਹੋ ਗਈ ਥੋੜ੍ਹੀ, ਉਹਨਾਂ ਥੱਲੇ ਲਿਖਿਆ ਸੀ ਹਾਲਾਂਕਿ ਵੀ ਆਰ ਸ਼ੂਟਿੰਗ ਫੋਰ ਇੱਟਾਂ ਦਾ ਘਰ, ਹੈ ਨਾ, ਸਾਰਾ ਕੁਛ, ਪਰ ਉਹ ਲੋਕਾਂ ਦਾ ਪਿਆਰ ਤੁਹਾਡੇ ਨਾਲ ਇੰਨਾ ਹੁੰਦਾ, ਲੋਕ ਥੱਲੇ ਲਿਖਿਆ ਤਾਂ ਫਿਰ ਪੜ੍ਹਦੇ ਹੀ ਨਹੀਂ, ਫੋਨ ਕਾਲ ਆਏ ਤੁਹਾਨੂੰ, ਮੈਂ ਕਿਹਾ ਜੀ ਅਜੇ ਤੱਕ ਵੀ ਆ ਰਹੇ, ਹੁਣ ਤੁਸੀਂ ਗੱਲ ਕਰੇ ਤਾਂ ਵੀ ਵੱਜਦਾ ਪਿਆ ਸੀ ਜੀ ਇੱਕ ਫੋਨ ਤਾਂ, ਅਤੇ ਉਹ ਫਿਰ ਕੀ ਹੈ ਕਿ ਉਹ ਲੋਕਾਂ ਦਾ ਪਿਆਰ ਇੰਨਾ ਹੁੰਦਾ ਕਿ ਉਹ ਘਬਰਾ ਜਾਂਦੇ ਆ ਕਿ ਜਿਹਨੂੰ ਪਿਆਰ ਕਰਦੇ ਹੋਣ ਉਹਨਾਂ ਨੂੰ ਹੁੰਦਾ ਵੀ ਇਹਨੂੰ ਕਿਉਂ, ਹੈ ਨਾ, ਪ੍ਰੋਬਲਮ ਆ ਗਈ, ਅਤੇ ਫਿਰ ਬਹੁਤ ਲੋਕਾਂ ਦਾ ਇਹ ਵੀ ਪਤਾ ਲੱਗਾ ਕਿ ਜੇ ਵਾਕਈ ਅਸੀਂ ਕੁਝ ਚੰਗਾ ਕਰਦੇ ਹਾਂ ਤਾਂ ਲੋਕ ਤੁਹਾਨੂੰ ਪਿਆਰ ਵੀ ਕਰਦੇ, ਹਜ਼ਾਰਾਂ ਹੀ ਕਾਲਸ ਆਈਆਂ, ਅਤੇ ਪਰ ਉਹ ਸ਼ੁਕਰ ਹੈ ਕਿ ਸੈੱਟ ਤੇ ਸੀ। ਹਾਂਜੀ, ਤੁਸੀਂ ਆਪਣੇ ਫਾਦਰ ਸਾਹਿਬ ਦਾ ਵੀ ਜ਼ਿਕਰ ਕੀਤਾ ਔਰ ਇੱਕ ਪੋਸਟ ਤੁਸੀਂ ਮੈਨੂੰ ਲੱਗਦਾ ਪਰਸੋਂ ਸਾਂਝੀ ਕੀਤੀ ਹੈ, ਕਪਿਲ ਸ਼ਰਮਾ ਤੁਹਾਡੇ ਪੇਰੈਂਟਸ ਨੂੰ ਮਿਲ ਕੇ ਗਏ, ਹੈ ਨਾ, ਔਰ ਤੁਹਾਨੂੰ ਕਿਉਂਕਿ ਉਹ ਆਪਣਾ ਮੈਂਟੋਰ ਜਿਹੜਾ ਉਹ ਕਹਿੰਦੇ ਆ ਹਮੇਸ਼ਾ ਕਪਿਲ, ਹੈ ਨਾ, ਇੱਕ ਰਿਸ਼ਤਾ ਹੀ ਹੁੰਦਾ ਹੈ ਕਿ ਜਿਹੜਾ ਚਾਹੇ ਤੁਸੀਂ ਉੱਥੇ ਨਹੀਂ ਮੌਜੂਦ ਹੋਵੋ ਜਾਂ ਤੁਸੀਂ ਕਿਤੇ ਬਾਹਰ ਹੋਵੋ, ਬਟ ਫਿਰ ਵੀ ਕੋਈ ਜਿੱਥੇ ਵੀ ਜਿਸ ਮੁਕਾਮ 'ਤੇ ਪਹੁੰਚ ਗਿਆ ਹੋਵੇ, ਪਰ ਉਹ ਆਪਣੇ ਜਿਹੜੇ ਪੁਰਾਣੇ ਜਿਨ੍ਹਾਂ ਨਾਲ ਇੱਕ ਸਾਥੀ ਹੁੰਦਾ ਹੈ, ਉਹਨਾਂ ਦਾ ਪਰਿਵਾਰ ਨਾਲ ਆ ਕੇ ਰਿਸ਼ਤਾ ਬਣਾ ਕੇ ਰੱਖਦਾ, ਬੜਾ ਪਿਆਰਾ ਜਿਹਾ ਜੈਸਚਰ ਜਿਹੜਾ ਤੁਸੀਂ ਆਪ ਵੀ ਸਾਂਝਾ ਕੀਤਾ ਹੋਇਆ ਸੀ। ਸੋ ਕਪਿਲ ਉਹਨਾਂ ਨਾਲ ਹੁਣ ਇੰਨੇ ਬਿਜ਼ੀ ਹੋਣ ਦੇ ਬਾਵਜੂਦ ਵੀ ਜਿਹੜੀ ਹੈ ਤੁਹਾਡੀ ਮੀਟਿੰਗਸ ਹੁੰਦੀਆਂ ਰਹਿੰਦੀਆਂ ਹੁੰਦਾ? ਹਾਂ, ਡੈਫੀਨੇਟਲੀ ਜੀ, ਜਦੋਂ ਮੈਂ ਬੰਬੇ ਹੁੰਦਾ ਜਾਂ ਉਹ ਕਦੇ ਇੱਧਰ ਆਏ ਹੁੰਦੇ, ਸਾਡੀ ਮੁਲਾਕਾਤਾਂ ਵੀ ਹੁੰਦੀਆਂ ਨੇ, ਗੱਲਾਂ ਬਾਤਾਂ, ਪਰ ਕਿਉਂਕਿ ਮੈਂ ਹੁਣ ਮੋਹਾਲੀ ਜਿੱਦਾਂ ਰਹਿੰਦਾ, ਵੱਡੇ ਬ੍ਰਦਰ ਦੀ ਪੋਸਟਿੰਗ ਦਿੱਲੀ ਹੋ ਗਈ, ਛੋਟਾ ਵੀ ਇੱਧਰ, ਸਾਡਾ ਜਲੰਧਰ ਵਾਲਾ ਘਰ ਹੈ ਡੈਡੀ ਮੰਮੀ, ਫਿਰ ਜਦੋਂ ਉਹਨਾਂ ਦਾ ਦਿਲ ਕਰਦਾ ਉਹ ਘਰ ਜਾਂਦੇ ਨੇ, ਕਹਿੰਦੇ ਅਸੀਂ ਉੱਥੇ ਰਹਿ ਕੇ ਆਉਣਾ, ਅਤੇ ਉਹ ਕਪਿਲ ਜਲੰਧਰ ਸੀ ਉੱਧਰ, ਅਤੇ ਉਹਨੇ ਚਾਂਸ ਹੀ ਲਿਆ, ਕਹਿੰਦਾ ਮੈਂ ਫੋਨ, ਉਹਨੇ ਮੈਨੂੰ ਤਾਂ ਪਤਾ ਵੀ ਨਹੀਂ, ਮੈਨੂੰ ਤਾਂ ਡੈਡੀ ਦਾ ਫੋਨ ਆਇਆ, ਦੇਖ ਕਾਕਾ ਕੌਣ ਆਇਆ ਬੈਠਾ, ਕਰ ਵੀ ਗੱਲ, ਅਤੇ ਉਹ ਵੀਡੀਓ ਕਾਲ ਹੀ ਕੀਤੀ ਉਹਨਾਂ ਨੇ ਸਿੱਧੀ, ਅਤੇ ਉਹ ਕਹਿੰਦਾ ਮੈਂ ਚਾਂਸ ਹੀ ਲਿਆ ਸੀ, ਮੈਂ ਘਰ ਜਾਂਦਾ ਵੀ ਕੋਈ ਹੈਗਾ ਕਿ ਨਹੀਂ, ਉਹਨੇ ਡੋਰ ਜਦੋਂ ਗੇਟ ਖੜਕਾਇਆ ਅਤੇ ਮੰਮੀ ਸੀਗੇ ਅੰਦਰ, ਉਹਦੇ ਮਤਲਬ ਪੇਰੈਂਟਸ ਲਈ ਤਾਂ ਸਰਪ੍ਰਾਈਜ਼ ਸੀਗਾ ਹੀ, ਜਦੋਂ ਮੰਮੀ ਕਹਿੰਦੇ ਆ ਜਾ ਪੁੱਤ, ਜਦੋਂ ਅੰਦਰ ਲੈ ਕੇ ਗਿਆ, ਕਹਿੰਦੇ ਵੀ ਗੁਰਪ੍ਰੀਤ ਤਾਂ ਹੈ ਨਹੀਂ, ਹੋਰ ਵੀ ਕਹਿੰਦਾ ਮੈਂ ਆਏ ਤੁਹਾਨੂੰ ਮਿਲਣਾ, ਹੈ ਨਾ, ਫਿਰ ਉਹ 2 ਘੰਟੇ ਮੰਮੀ ਡੈਡੀ ਕੋਲ ਬੈਠ ਕੇ ਗਿਆ, ਔਰ ਬੜੀਆਂ ਪੁਰਾਣੀਆਂ ਗੱਲਾਂ ਸ਼ੇਅਰ ਕੀਤੀਆਂ ਕਪਿਲ ਨੇ, ਅਤੇ ਬੜੇ ਬੜੇ ਛੋਟੇ ਛੋਟੇ ਕਿੱਸੇ, ਹੈ ਨਾ, ਮੇਰੇ ਡੈਡੀ ਵੀ ਬਹੁਤ ਖੈਰ ਫਨੀ ਨੇ, ਉਹਨਾਂ ਨਾਲ ਬੜਾ ਸ਼ੁਗਲ ਕਰਕੇ ਗਿਆ। ਸੋ ਇਹ ਜਿਹੜੇ ਮੋਮੈਂਟਸ ਹੁੰਦੇ ਨੇ ਨਾ ਜੀ, ਇਹ ਪ੍ਰਾਈਸਲੈਸ ਹੁੰਦੇ, ਇਹਨਾਂ ਦੀ ਕੋਈ ਕੀਮਤ ਨਹੀਂ ਹੁੰਦੀ, ਇਹ ਜਿਹੜਾ ਬੰਦਾ ਉਹਨੂੰ ਇੰਜੋਏ ਕਰ ਰਿਹਾ ਨਾ, ਸਿਰਫ ਉਹਨੂੰ ਹੀ ਪਤਾ ਹੁੰਦਾ ਇਹਦੀ ਕੀ ਵੈਲਿਊ ਹੈ, ਅਤੇ ਮੈਨੂੰ ਬਹੁਤ ਚੰਗਾ ਲੱਗਾ ਕਿ ਉਹਨੇ, ਹੈ ਨਾ, ਪੇਰੈਂਟਸ ਨੂੰ ਮੇਰੇ, ਹੈ ਨਾ, ਰਿਸਪੈਕਟ ਦਿੱਤੀ, ਕਿਉਂਕਿ ਕਦੇ ਜਿੱਥੋਂ ਪਿਆਰ ਲਿਆ ਹੋਵੇ ਉੱਥੇ ਰੀਪੇ ਕਰੋ ਤਾਂ ਦੋਵਾਂ ਧਿਰਾਂ ਦੀ ਇੱਜ਼ਤ ਬਣਦੀ ਹੈ। ਪਿਆਰ ਹੀ ਕਮਾਇਆ ਹੁੰਦਾ ਜਿਹੜੇ ਮਿਲਦੇ। ਥੈਂਕ ਯੂ ਸੋ ਮਚ ਸਾਡੇ ਨਾਲ ਤੁਸੀਂ